ਪਿਛਲੇ ਲੰਬੇ ਸਮੇਂ ਤੋਂ ਸਮਾਜ ਸੇਵਾ 'ਚ ਕੰਮ ਕਰ ਰਹੀ ਸੰਸਥਾ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਹੈ ਅਤੇ ਮੰਗ ਕੀਤੀ ਗਈ ਹੈ ਕਿ ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ ਵਿਖੇ ਜਦੋਂ ਗੁਰਦੁਆਰਾ ਸਾਹਿਬ ਵਿੱਚ ਜਦੋਂ ਮਹਾਰਾਜ ਸਰੂਪ ਅਗਨ ਭੇਂਟ ਹੋਏ ਸੀ ਉਸ ਵੇਲੇ ਕੁਛ ਸਰੂਪ ਜਿਹੜੇ ਉੱਥੋਂ ਗਾਇਬ ਵੀ ਹੋਏ ਸੀ। ਕੀ ਹੈ ਸਾਰਾ ਮਾਮਲਾ? ਸਾਡਾ ਸਰਬਜੀਤ ਸਿੰਘ ਵੇਰਕਾ ਜੀ ਮੌਜੂਦ ਨੇ। ਵੇਰਕਾ ਸਾਹਿਬ, ਸਭ ਤੋਂ ਪਹਿਲਾਂ ਤਾਂ ਬੜਾ ਹੀ ਮੰਦਭਾਗੀ ਗੱਲ ਹੈ ਕਿ ਮਹਾਰਾਜ ਦੇ ਸਰੂਪਾਂ ਬਾਰੇ ਕਿਉਂਕਿ ਗੱਲ ਕਰੀਏ ਤਾਂ ਗੁਰੂ ਸਾਹਿਬ ਜਿਹੜੇ ਨੇ ਲਿਵਿੰਗ ਗੁਰੂ ਕਿਹਾ ਜਾਂਦਾ ਹੈ, ਲੇਕਿਨ ਇਸ ਤਰੀਕੇ ਦੀ ਗੱਲ ਕੀ ਹੈ? ਕੀ ਤੁਸੀਂ ਆਪਣੀ ਰਿਪੋਰਟ ਜਿਹੜੀ ਹੈ ਬਣਾਈ ਹੈ? ਵੇਖੋ ਜੀ, ਸਾਨੂੰ ਇਹਦੇ ਬਾਰੇ ਇਨਫੋਰਮੇਸ਼ਨ ਕੋਈ ਮਹੀਨਾ ਕੁ ਪਹਿਲਾਂ ਜਿਹੜੀ ਹੈ ਸਾਨੂੰ ਸਰ ਗੁਰਜਨ ਸਿੰਘ ਜੀ UK ਤੋਂ ਉਹਨਾਂ ਨੇ ਇੱਕ ਇਨਫੋਰਮੇਸ਼ਨ ਦਿੱਤੀ ਸੀ ਵੀ ਕੋਈ ਮਹਾਰਾਜ ਦੇ ਸਰੂਪ ਇੱਥੇ ਅਗਨ ਭੇਟ ਹੋਏ ਆ ਕਾਫੀ ਜ਼ਿਆਦਾ, ਅਤੇ ਅਸੀਂ ਉਹਦੇ ਸੰਬੰਧ 'ਚ ਇਨਕੁਆਇਰੀ ਕੀਤੀ। ਫਿਰ ਸ਼੍ਰੋਮਣੀ ਕਮੇਟੀ ਦਾ ਅਸੀਂ ਰਿਕਾਰਡ ਜਿਹੜਾ ਵਾ ਉਹਨੂੰ ਵੇਖਿਆ, ਕੋਈ ਇਹਨਾਂ ਦੇ ਅਧਿਕਾਰੀ ਜਿਹੜੇ ਸੰਬੰਧਿਤ ਅਧਿਕਾਰੀ ਸੀ ਮੌਕੇ 'ਤੇ ਮੌਜੂਦ ਸੀ ਉਹਨਾਂ ਸਾਰਿਆਂ ਨਾਲ ਗੱਲਬਾਤ ਕੀਤੀ ਅਤੇ ਰਿਕਾਰਡ ਵੇਖ ਕੇ ਅਸੀਂ ਇੱਕ ਜਿਹੜਾ ਉਹ ਪੂਰੇ ਨਿਚੋੜ 'ਤੇ ਪਹੁੰਚੇ ਵੀ ਜਿਹੜਾ ਮਹਾਰਾਜ ਦੇ 80 ਕੁ ਸਰੂਪ ਜਿਹੜੇ ਆ ਉਦੋਂ ਜਿਹੜੇ ਆ ਅਗਨ ਭੇਟ ਹੋਏ ਅਤੇ ਕੁਝ ਜਿਹੜੇ ਪਾਣੀ ਦੇ ਨਾਲ ਜਦੋਂ ਇਹਨਾਂ ਜਲਦੀ ਵਾਸ਼ਰ ਕੀਤੀ ਆ ਉਹਨਾਂ ਨੂੰ ਅੱਗ ਬੁਝਾਉਣ ਲਈ ਅਤੇ ਉਹਦੇ ਵਿੱਚ ਜਿਹੜਾ ਵਾ ਨੁਕਸਾਨਦਾਇਕ ਹੋਏ, ਅਤੇ ਉਹ ਇਹਨਾਂ ਨੇ ਉਹ ਗੱਲ ਨੂੰ ਸਿਰਫ ਜਿਹੜੀ ਆ 2017 'ਚ ਇਲੈਕਸ਼ਨ ਜਿਹੜੀ ਆਉਣ ਵਾਲੀ ਵਿਧਾਨ ਸਭਾ ਦੀ ਸਿਰਫ ਪੋਲੀਟੀਕਲ ਜਿਹੜੇ ਮੋਟਿਵ ਸੀ ਉਹਨਾਂ ਨੂੰ ਪੂਰੇ ਕਰਨ ਲਈ ਵੀ ਉਹਦੇ 'ਚ ਨੁਕਸਾਨ ਨਾ ਹੋਵੇ ਅਕਾਲੀ ਦਲ ਨੂੰ, ਇੱਕ ਹਦਾਇਤ 'ਤੇ ਜਿਹੜਾ ਸੁਖਬੀਰ ਸਿੰਘ ਬਾਦਲ ਦੀ ਹਦਾਇਤ ਸੀ ਇਹਨਾਂ ਨੂੰ ਵੀ ਤੁਸੀਂ ਜਿਹੜਾ ਵਾ ਇਹ ਗੱਲ ਜਿਹੜੀ ਹੈ ਬਾਹਰ ਨਹੀਂ ਨਿਕਲ ਦੇਣੀ, ਅਤੇ ਇਹਨਾਂ ਨੇ ਫਿਰ ਉਹ ਸੀਕਰੇਟਲੀ ਉਹਨੂੰ ਜਿਹੜਾ ਵਾ ਇੱਕ ਗੁਪਤ ਤਰੀਕੇ ਦੇ ਨਾਲ ਗੋਇੰਦਵਾਲ ਸਾਹਿਬ ਜਿਹੜਾ ਬੌਲੀ ਸਾਹਿਬ ਗੁਰਦੁਆਰਾ ਸਾਹਿਬ ਆ ਉੱਥੇ ਇਹਨਾਂ ਨੇ ਜਿਹੜਾ ਉਹ ਮਹਾਰਾਜ ਦੇ ਸਰੂਪ ਜਿਹੜੇ ਅਗਨ ਭੇਟ ਕਰਕੇ ਅਤੇ ਉਹਨਾਂ ਨੂੰ ਜਿਹੜਾ ਜਲ ਪ੍ਰਵਾਹ ਕਰਤਾ। ਜਦੋਂ ਅਸੀਂ ਇਹਦੇ ਵਿੱਚ ਇਨਕੁਆਇਰੀ ਕੀਤੀ ਅਤੇ 31 ਮਈ 2020 ਨੂੰ ਇੱਕ ਮੁਲਾਜ਼ਮ ਰਿਟਾਇਰ ਹੋਇਆ ਸੀ ਜਿਹੜਾ ਇਹ ਡਿਪਾਰਟਮੈਂਟ ਦਾ ਜਿਹੜਾ ਗੁਰੂ ਗ੍ਰੰਥ ਸਾਹਿਬ ਭਵਨ ਜਿਹੜਾ ਵਾ ਉਹਦੇ ਨਾਲ ਸੰਬੰਧਿਤ ਜਿਹੜਾ ਮੁਲਾਜ਼ਮ ਸੀ ਉਹਦੇ ਰਿਟਾਇਰਮੈਂਟ ਦੇ ਵਿੱਚ ਕੁਝ ਡਾਕੂਮੈਂਟ ਜਿਹੜੇ ਉਹ ਸਾਹਮਣੇ ਆਏ ਜਿਹਦੇ ਵਿੱਚ ਇੱਕ ਇਨਕੁਆਇਰੀ ਜਿਹੜੀ ਆ ਸਰਕਲਦੀਪ ਸਿੰਘ ਰੋਡੇ ਉਹ ਜਿਹੜੇ ਆ ਇਨਕੁਆਇਰੀ ਕਰ ਰਹੇ ਆ, ਅਤੇ ਉਹਦੇ ਵਿੱਚ ਕੁਝ ਬੰਦਿਆਂ ਨੇ ਸਟੇਟਮੈਂਟ ਦਿੱਤੀਆਂ, ਡਰਾਈਵਰ ਨੇ ਸਟੇਟਮੈਂਟ ਦਿੱਤੀਆਂ, ਕੁਝ ਰਿਕਾਰਡ ਆਇਆ ਗੋਇੰਦਵਾਲ ਸਾਹਿਬ ਦਾ ਰਿਕਾਰਡ ਜਿਹੜਾ ਰਜਿਸਟਰ ਦਾ ਉਹ ਸਾਰਾ ਆਇਆ, ਜਿਸ ਤੋਂ ਇਹ ਪਤਾ ਲੱਗਦਾ ਵੀ ਜਿਹੜਾ ਮਹਾਰਾਜ ਦੇ 80 ਦੇ ਕਰੀਬ ਜਿਹੜੇ ਸਰੂਪ ਸੀ ਉਦੋਂ ਅਗਨ ਭੇਟ ਹੋਏ ਸੀ। ਫਿਰ ਜਿਹੜਾ ਟੋਟਲ ਜਿਹੜਾ ਉਹਦੇ ਵਿੱਚ ਇੱਕ ਡਾਕੂਮੈਂਟ ਆਇਆ ਵੀ ਜਿਹਦੇ ਵਿੱਚ ਜਿਹੜਾ ਮੁਲਾਜ਼ਮ ਸਰਦਾਰ ਕਵਲਜੀਤ ਸਿੰਘ ਜਿਹੜੇ ਰਿਟਾਇਰ ਹੋਏ ਆ ਉਹਨਾਂ ਦੀ ਸਟੇਟਮੈਂਟ ਵਿੱਚ ਉਹਨਾਂ ਤੋਂ ਰਿਕਾਰਡ 'ਤੇ ਆਇਆ ਵਾ ਵੀ 267 ਸਰੂਪ ਜਿਹੜੇ ਮਹਾਰਾਜ ਦੇ ਜਿਹੜੇ ਆ ਉਹ ਘੱਟ ਆ ਰਿਕਾਰਡ ਦੇ ਹਿਸਾਬ ਨਾਲ, ਅਤੇ ਅਸੀਂ ਉਹ ਸਾਰੀ ਜਦੋਂ ਘੋਖ ਕੀਤੀ ਤਾਂ ਪਤਾ ਲੱਗਾ ਵੀ ਇਹ ਜਿਹੜਾ ਸਾਰਾ ਡਾਕਟਰ ਰੂਪ ਸਿੰਘ ਅਤੇ ਜਿਹੜੇ ਹੋਰ ਅਧਿਕਾਰੀ ਜਿਹੜੇ ਉੱਚ ਅਧਿਕਾਰੀ ਇਹ ਮੌਕੇ 'ਤੇ ਪਹੁੰਚ ਗਏ ਸੀ। ਉਸ ਤੋਂ ਬਾਅਦ 'ਚ ਇਹਨਾਂ ਨੇ ਮੱਕੜ ਨੂੰ ਜਿਹੜਾ ਉੱਥੇ ਬੁਲਾਇਆ, ਹਰਚਰਨ ਸਿੰਘ ਚੀਫ ਸੈਕਟਰੀ ਉਹ ਵੀ ਉੱਥੇ ਪਹੁੰਚ ਗਿਆ, ਫਿਰ ਉੱਧਰ ਨਾਲ ਐਗਜੈਕਟਿਵ ਦੀ ਮੀਟਿੰਗ ਸੀ ਅਤੇ ਸਾਰੇ ਐਗਜੈਕਟਿਵ ਦੇ ਮੈਂਬਰ ਵੀ ਉੱਥੇ ਜਿਹੜੇ ਆ 19 ਮਈ 2016 ਨੂੰ ਜਿਹੜਾ ਵਾ ਉੱਥੇ ਪਹੁੰਚ ਗਏ ਸੀ, ਅਤੇ ਮੱਕੜ ਵੀ ਉੱਥੇ ਫਿਰ ਇਹਨਾਂ ਨੇ ਸੁਖਬੀਰ ਬਾਦਲ ਨਾਲ ਗੱਲ ਕਰਕੇ ਅਤੇ ਫਿਰ ਇਹਨਾਂ ਨੇ ਜਿਹੜਾ ਇਹ ਸਾਰੀ ਪਲੈਨਿੰਗ ਦੇ ਤਹਿਤ ਇੱਕ ਜਿਹੜਾ ਵਾ ਗੁਰੂ ਗ੍ਰੰਥ ਸਾਹਿਬ ਦੀ ਜਿਹੜਾ ਉਹਨਾਂ ਨੂੰ ਲੋਕਾਂ 'ਚ ਇਹ ਦਿਖਾਇਆ ਗਿਆ ਵੀ ਕੋਈ ਨੁਕਸਾਨ ਨਹੀਂ ਹੋਇਆ, ਅਤੇ ਬਾਅਦ 'ਚ ਜਿਹੜਾ ਵਾ ਉਹਨਾਂ ਦੇ ਸਰੂਪ ਜਿਹੜੇ ਆ ਅਗਨ ਭੇਟ ਕਰਕੇ ਅਤੇ ਜਲ ਪ੍ਰਵਾਹ ਕਰਤੇ, ਅਤੇ ਫਿਰ 4 ਸਾਲ ਇਹ ਜਿਹੜਾ ਇਹਨਾਂ ਨੇ ਦੱਬ ਕੇ ਰੱਖਿਆ। ਫਿਰ ਇਹਨਾਂ ਦੇ ਆਡਿਟ ਹਰ ਸਾਲ 31 ਮਾਰਚ ਨੂੰ ਕਲੋਜਿੰਗ ਹੁੰਦੀ ਆ, ਅਤੇ 4 ਸਾਲ ਇਹਨਾਂ ਦੇ ਆਡਿਟ ਹੁੰਦੇ ਰਹੇ। ਆਡਿਟ 'ਚ ਇਹਨਾਂ ਦੀਆਂ ਰਿਪੋਰਟਾਂ 'ਚ ਜਿਹੜਾ ਸਾਰਾ ਕੁਝ ਇਹ ਜਿਹੜਾ ਰਿਕਾਰਡ 'ਤੇ ਆ ਵੀ ਉਹਨਾਂ ਦੇ ਕਿਤੇ ਵੀ ਇਹ ਨਹੀਂ ਲਿਖਿਆ ਵੀ ਕੋਈ ਮਹਾਰਾਜ ਦੇ ਸਰੂਪ ਘੱਟਦੇ ਆ। ਈਵਨ ਕਿ ਹਰ ਮਹੀਨੇ ਜਿਹੜੀ ਇਹਨਾਂ ਦੀ ਇੰਟਰਨਲ ਆਡਿਟ ਦੀ ਰਿਪੋਰਟ ਜਿਹੜੀ ਜਾਂਦੀ ਹੈ, ਇਹਨਾਂ ਦੇ ਕੋਹਲੀ ਸਾਹਿਬ ਹੈਗੇ ਆ SS ਕੋਹਲੀ ਜਿਹੜੇ ਚਾਰਟਰਡ ਅਕਾਊਂਟੈਂਟ ਆ, ਉਹਨਾਂ ਦੀ ਟੀਮ ਜਿਹੜੀ ਹਰ ਗੁਰਦੁਆਰਾ ਸਾਹਿਬ ਦੀ ਜਿਹੜੀ ਆ ਉਹ ਜਾਂਚ ਕਰਦੀ ਹੈ, ਅਤੇ ਉਹਦੇ ਵਿੱਚ ਜਾਂਚ ਉਹ ਰਿਪੋਰਟ ਦਿੰਦੇ ਹਰ ਮਹੀਨੇ ਜਿਹੜੀ ਉਹਨਾਂ ਦੀ ਰਿਪੋਰਟ ਜਿਹੜੀ ਹੈ ਦਿੱਤੀ ਜਾਂਦੀ ਵੀ ਸਾਰਾ ਕੁਝ ਠੀਕ ਹੈ ਉਹਨਾਂ 'ਚ ਵੀ ਆਇਆ। ਇਹਦਾ ਮਤਲਬ ਵੀ ਇਹ ਕੋਈ ਨਾ ਕੋਈ ਜਿਹੜਾ ਇਕੱਲੇ ਇੱਕ ਕਲਰਕ ਦਾ ਫਾਲਟ ਨਹੀਂ ਹੈਗਾ, ਇਹਦੇ ਵਿੱਚ ਸਾਰੇ ਜਿਹੜੇ ਇਨਵੋਲਵ ਹੈਗੇ ਆਡਿਟ ਵਾਲੇ ਵੀ ਅਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਵੀ। ਪਰ ਸਵਾਲ ਹੈ ਕਿ 267 ਸਰੂਪ ਕੌਣ ਲੈ ਗਿਆ? ਵੇਖੋ ਜੀ, ਇਹ 267 ਸਰੂਪਾਂ 'ਚੋਂ 80 ਸਰੂਪ ਜਿਹੜੇ ਆ ਹੁਣ ਇਹ ਜਿਹੜੇ ਇਹਨਾਂ ਦੀ ਅੱਜ ਜਿਹੜਾ ਵਰਸ਼ਨ ਆਇਆ ਮਹਿਤਾ ਸਾਹਿਬ ਦਾ ਜਾਂ ਡਾਕਟਰ ਰੂਪ ਸਿੰਘ ਉਹਨਾਂ ਦਾ, ਇਹਨਾਂ ਨੇ ਕਿਹਾ ਵੀ 7 ਸਰੂਪ ਅਤੇ 14 ਸਰੂਪ ਟੋਟਲ। ਉਹਨਾਂ ਨੇ ਅੱਜ ਆਖਿਆ ਕਿ 7 ਸਰੂਪ ਅਗਨ ਭੇਟ ਹੋ ਗਏ ਸੀ ਅਤੇ 7 ਸਰੂਪਾਂ 30 ਜਿਲਤਾਂ ਦੇ ਉੱਤੇ ਪਾਣੀ ਪੈ ਗਿਆ ਸੀ, ਕੇਵਲ 14 ਸਰੂਪ ਅਗਨ ਭੇਟ ਹੋਏ ਆ। ਪਰ ਤੁਸੀਂ ਜਾਣ ਬੁੱਝ ਕੇ ਇਹਨੂੰ ਜਿਹੜਾ ਹੈ ਉਹਦੇ ਨਾਲ ਜੁੜਨ ਦੀ ਗੱਲ ਕਰ ਰਹੇ ਹੋ, ਕਿਉਂਕਿ 267 ਸਰੂਪ ਉਸ ਵੇਲੇ ਅੰਦਰ ਸੀਗੇ ਔਰ ਉਹਨੂੰ ਤੁਸੀਂ ਨਾਲ ਜੋੜ ਕੇ ਜਾਣ ਬੁੱਝ ਕੇ ਸਿੱਖ ਕੌਮ ਦੇ ਵਿੱਚ ਭੰਬਲ ਭੂਸੇ ਵਾਲੀ ਗੱਲ ਕਰ ਰਹੇ ਹੋ? ਵੇਖੋ ਜੀ, ਮੈਂ ਤੁਹਾਨੂੰ ਇੱਥੇ ਇੱਕ ਚੀਜ਼, ਸਾਰਾ ਤੁਹਾਡੇ ਚੈਨਲ ਤੋਂ ਸਾਰੇ ਸਿੱਖ ਸੁਣ ਰਹੇ ਹੋਣਗੇ, ਮੈਨੂੰ ਇਹ ਬੜੀ ਹੈਰਾਨੀ ਦੀ ਗੱਲ ਹੈ ਵੀ ਅੰਮ੍ਰਿਤਧਾਰੀ ਬੰਦੇ ਡਾਕਟਰ ਰੂਪ ਸਿੰਘ, ਮਨਜੀਤ ਸਿੰਘ ਮਹਿਤਾ, ਰਜਿੰਦਰ ਸਿੰਘ ਮਹਿਤਾ ਸਾਰੇ ਅੰਮ੍ਰਿਤਧਾਰੀ ਸਿੰਘ ਆ, ਅਤੇ ਮੈਨੂੰ ਇਹ ਪਰਸੋਂ ਤੱਕ ਇਹਨਾਂ ਦੀ ਇਨਫੋਰਮੇਸ਼ਨ ਸਾਰੀ, ਮੈਂ ਇਹਨਾਂ ਦੇ ਕੋਲ ਗਿਆ ਵਰਸ਼ਨ ਲੈਣ ਲਈ, ਉਹਦੇ ਇਹਨਾਂ ਨੇ ਮੰਨਿਆ ਮੇਰੇ ਕੋਲ ਵੀ 80 ਮਹਾਰਾਜ ਦੇ ਸਰੂਪ ਜਿਹੜੇ ਆ ਉਹ ਅਗਨ ਭੇਟ ਹੋਏ ਅਤੇ ਪਾਣੀ ਦੇ ਨਾਲ ਹੋਏ ਆ, ਠੀਕ ਹੈ। ਅੱਜ ਉਹ 80 ਤੋਂ 14 ਤੇ ਆ ਗਏ, ਇਹਦਾ ਮਤਲਬ ਵੀ ਅੰਮ੍ਰਿਤ ਛੱਕ ਕੇ ਝੂਠ ਬੋਲਣ ਦੇ ਆ। ਔਰ ਦੂਸਰੀ ਗੱਲ ਜਿਹੜੀ ਹੈ ਇਹਦੇ ਵਿੱਚ, ਜੇ 14 ਮਹਾਰਾਜ ਦੇ ਸਰੂਪ ਅਗਨ ਭੇਟ ਹੋਏ ਸੀ ਅਤੇ ਬਾਕੀ 267 'ਚੋਂ ਜਿਹੜੇ 253 ਸਰੂਪ ਮਹਾਰਾਜ ਦੇ ਕਿੱਥੇ ਗਏ ਆ? ਇਹ ਸ਼੍ਰੋਮਣੀ ਕਮੇਟੀ ਜ਼ਿੰਮੇਵਾਰੀ ਬਣਦੀ ਆ, ਇਹਨਾਂ ਲੱਭਣਾ, ਇੱਕ ਕਲਰਕ ਦੀ ਹਿੰਮਤ ਨਹੀਂ ਹੈਗੀ
ਦਿੱਤੀ ਜਾਂਦੀ ਹੈ, ਉਹ ਉੱਥੇ ਜਾਂਦਾ, ਉੱਥੇ ਲੌਗ ਲੱਗਾ ਵਾ, ਉੱਥੋਂ ਸਲਿੱਪ ਦੇ ਕੇ ਅਤੇ ਫਿਰ ਉਹ ਮਹਾਰਾਜ ਦਾ ਸਰੂਪ ਰਿਲੀਜ਼ ਹੁੰਦਾ ਵਾ। ਅਤੇ ਇਹ ਇੱਕ ਆਦਮੀ ਜਿਹੜਾ 253 ਸਰੂਪ ਜਿਹੜੇ ਮਹਾਰਾਜ ਦੇ ਗਾਇਬ ਕਰ ਗਿਆ, ਆਪਾਂ ਗਾਇਬ ਲਫ਼ਜ਼ ਹੀ ਵਰਤਾਂਗੇ, ਵੀ ਗਾਇਬ ਕਰ ਗਿਆ, ਤਾਂ ਸ਼੍ਰੋਮਣੀ ਕਮੇਟੀ ਦਾ ਇਹਦਾ ਮਤਲਬ ਵੀ ਕੋਈ ਕਰੋੜਾਂ ਦੇ ਘਪਲੇ ਜਿਹੜੇ ਸਾਰਾ ਕੁਝ ਸਾਰੀਆਂ ਗੱਲਾਂ ਸੱਚੀਆਂ ਹੋ ਗਈਆਂ। ਅਤੇ ਦੂਸਰੀ ਗੱਲ ਜਿਹੜੀ ਹੈਗੀ ਹੈ ਵੀ ਇਹਨਾਂ ਨੇ ਉੱਥੇ CCTV ਕੈਮਰੇ 2015 'ਚ ਇਹਨਾਂ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀਆਂ ਬਿਦਬੀਆਂ ਹੋਈਆਂ ਬਰਗਾੜੀ ਦੇ ਬੁਰਜ ਉੱਥੇ ਜਵਾਹਰ ਸਿੰਘ, ਅਤੇ ਉਦੋਂ ਇਹਨਾਂ ਨੇ ਇੱਕ ਰੂਲ ਜਿਹੜੇ ਬਣਾ ਦਿੱਤੇ, ਸ਼੍ਰੋਮਣੀ ਕਮੇਟੀ ਨੇ ਸਾਰੀਆਂ ਡਾਇਰੈਕਸ਼ਨਾਂ ਦੇ ਦਿੱਤੀਆਂ ਆਪਣੇ ਗੁਰਦੁਆਰਾ ਸਾਹਿਬ ਨੂੰ ਵੀ CCTV ਕੈਮਰੇ ਲਗਾਓ ਅਤੇ CCTV ਕੈਮਰੇ ਅਤੇ ਉੱਥੇ ਜਿਹੜੀ ਹੋਰ ਸਿਕਿਉਰਿਟੀ ਆ ਉਹ ਕਰੋ ਵੀ ਕਿਸੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਹੋ ਸਕੇ। ਫਿਰ ਇਹਨਾਂ ਨੇ ਜਿਹੜੇ ਇੱਥੇ ਕੈਮਰੇ ਲੱਗੇ ਸੀ ਉਹਨਾਂ ਦੇ CCTV ਦੀ ਰਿਕਾਰਡਿੰਗ ਕਿੱਥੇ ਹੈਗੀ ਹੈ, ਜੇ ਮੌਕੇ 'ਤੇ ਉੱਥੇ ਕੋਈ ਵਾਕਿਆ, ਇਹ ਤਾਂ ਅੱਜ ਆਪਾਂ ਕਹਿ ਲੈਂਦੇ ਹਾਂ ਵੀ ਸਰਕਟ ਦੇ ਨਾਲ ਅੱਗ ਲੱਗੀ ਸੀ, ਠੀਕ ਹੈ, ਉਹਨਾਂ ਦਿਨਾਂ 'ਚ ਕਿੰਨੀਆਂ ਬੇਅਦਬੀਆਂ ਹੋਈਆਂ, ਹੋ ਸਕਦਾ ਕਿਸੇ ਨੇ ਸ਼ਰਾਰਤ ਕੀਤੀ ਹੋਵੇ, ਉਹ ਤਾਂ ਸਿਰਫ ਫੋਰੈਂਸਿਕ ਟੀਮ ਦੱਸ ਸਕਦੀ ਆ, ਜਾਂ CCTV ਦੀ ਉਦੋਂ ਦੀ ਰਿਕਾਰਡਿੰਗ ਆ ਉਹ ਦੱਸ ਸਕਦੀ ਸੀ, ਜਾਂ ਉਦੋਂ ਕੋਈ ਜਾਂਚ ਕੀਤੀ ਹੁੰਦੀ ਉਹ ਦੱਸ ਸਕਦੀ। ਫਿਰ ਇਹਨਾਂ ਨੇ ਜਾਂਚ ਜਿਹੜੀ ਆ ਕੋਈ ਕਰਵਾਈ ਨਹੀਂ ਗੀ, ਜਿਹੜਾ ਇੱਕ ਮੁਲਾਜ਼ਮ ਆ ਕਲਰਕ ਲੈਵਲ ਦਾ ਉਹਦੇ 'ਤੇ ਪ੍ਰੈਸ਼ਰ ਪਾ ਕੇ ਉਹਦੇ ਤੋਂ ਖਾਲੀ ਕਾਗਜ਼ਾਂ 'ਤੇ ਸਾਈਨ ਕਰਾਏ ਆ। ਉਹ ਉਹਨੇ ਹੀ ਸਰੂਪ ਜਿਹੜੇ ਲੈ ਗਿਆ ਸੀ ਅਤੇ ਉਹਦੇ ਉਹਨੂੰ ਕਿਹਾ ਸੀ ਕਿ ਪੈਸੇ ਜਮ੍ਹਾਂ ਕਰਾ ਦੇ। ਵੇਖੋ ਜੇ ਉਹ ਲੈ ਗਿਆ ਸੀ ਇਹਨਾਂ ਨੂੰ FIR ਦਰਜ ਕਰਾਉਣੀ ਚਾਹੀਦੀ ਸੀ। 267 ਸਰੂਪ ਜਿਹੜੇ ਮਹਾਰਾਜ ਦੇ ਕਿੱਥੇ ਕਿੱਥੇ ਗਏ ਆ ਉਹਨੂੰ ਇੰਟੈਰੋਗੇਟ ਕਰਕੇ ਸਾਰੇ ਸਰੂਪ ਮਹਾਰਾਜ ਦੇ ਕੱਢਣੇ ਚਾਹੀਦੇ। ਇਹਨਾਂ ਤਾਰੀ ਉਹਦੇ ਖਿਲਾਫ਼ ਕੰਪਲੇਂਟ ਨਹੀਂ ਕੀਤੀ, ਅਸੀਂ ਵੀ ਉਹਨੂੰ ਜਿਹੜਾ ਵਾ ਉਹਨੂੰ ਇੰਟਰਵਿਊ ਕੀਤਾ ਵਾ ਕਵਲਜੀਤ ਸਿੰਘ ਨੂੰ, ਉਹਨਾਂ ਦੱਸਿਆ ਵੀ ਜਦੋਂ ਰਿਟਾਇਰਮੈਂਟ ਹੋਈ ਆ ਤਾਂ ਇਹਨਾਂ ਨੇ ਉਹਨਾਂ ਨੂੰ ਆਫਰ ਕੀਤੀ ਵੀ 1500 ਰੁਪਈਏ ਦੇ ਹਿਸਾਬ ਨਾਲ 267 ਸਰੂਪਾਂ ਦੇ ਤੇਰੇ ਪੈਸੇ ਕੱਟ ਲੈਂਦੇ ਹਾਂ ਅਤੇ ਤੇਰੇ ਤੋਂ ਜਿਹੜਾ ਵਾ ਤੈਨੂੰ 5 ਲੱਖ ਕਰੀਬ ਜਿਹੜਾ ਬਣੂਗਾ ਤੈਨੂੰ 10 ਲੱਖ ਰੁਪਈਆ ਕੈਸ਼ ਦੇ ਦਿੰਦੇ ਹਾਂ। ਪਰ ਉਸ ਬੰਦੇ ਨੇ ਇਹਨਾਂ ਨੂੰ ਮਨਾ ਕਰਤਾ ਵੀ ਮੈਂ ਡਾਕਟਰ ਰੂਪ ਸਿੰਘ ਜਿਹੜਾ ਵਾ ਇਹਨੇ ਜਿਹੜਾ ਵਾ ਇਹਨੇ ਮੇਰੇ ਨਾਲ ਕਿਹਾ ਸੀ ਵੀ ਮੈਂ ਬਾਅਦ 'ਚ ਰਿਕਾਰਡ 'ਚ ਜਿਹੜਾ ਦਰੁਸਤ ਕਰਾ ਦੂੰਗਾ ਅਤੇ ਇਹਦੀ ਜ਼ਿੰਮੇਵਾਰੀ ਸੀ ਇਹ ਰਿਕਾਰਡ ਦਰੁਸਤ ਕਰਾਵੇ। ਫਿਰ ਦੂਸਰੀ ਗੱਲ ਹੈ ਵੀ ਜੇ ਇਹ ਇਕੱਲਾ ਜ਼ਿੰਮੇਵਾਰੀ ਤਾਂ ਫਿਰ 4 ਸਾਲ ਇਹਨਾਂ ਦੇ ਆਡਿਟ ਦੇ ਵਿੱਚ, ਇੰਟਰਨਲ ਆਡਿਟ 'ਚ ਅਤੇ ਇਹਨਾਂ ਦੀਆਂ ਆਪਣੀਆਂ ਜਾਂਚਾਂ ਫਲਾਇੰਗ ਵਾਲਿਆਂ 'ਚ, ਇਹ ਸਾਰੀਆਂ ਚੀਜ਼ਾਂ 'ਚ ਕਿਉਂ ਨਹੀਂ ਆ ਸਕੇ? ਜਦੋਂ ਵੀ ਕਿਤੇ ਮਹਾਰਾਜ ਦੀ ਬੇਅਦਬੀ ਹੁੰਦੀ ਹੈ, ਕਿਉਂਕਿ ਪਿੱਛੇ ਕੁਝ ਸਮੇਂ 'ਚ ਹੋਈ ਸੀ, ਅਤੇ ਸ਼੍ਰੋਮਣੀ ਕਮੇਟੀ ਮਿੰਟ 'ਚ ਪ੍ਰੈਸ ਨੋਟ ਕੱਢਦੀ ਹੈ ਜੀ, ਪੱਥਾ ਦਰਜ ਕਰਾਓ, ਸਿੱਖ ਕੌਮ ਜਿਹੜੀ ਹੈ ਬਹੁਤ ਅਤਿਆਚਾਰ ਹੋਣ ਲੱਗ ਪਿਆ। ਪਰ 267 ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰੋਂ ਹੀ ਗਏ ਨੇ, ਪਰ ਉਹਦੇ ਮਾਮਲੇ ਦੇ ਵਿੱਚ ਅੱਜ 4 ਸਾਲ ਬਾਅਦ ਕਿਉਂ ਖੁਲਾਸਾ ਹੋ ਰਿਹਾ? ਵੇਖੋ ਤੁਸੀਂ, ਬੁਰਜ ਜਵਾਹਰ ਸਿੰਘ ਵਾਲਾ ਪਹਿਲਾਂ ਕੇਸ ਹੋਇਆ ਸੀ, ਦੂਜਾ ਬਰਗਾੜੀ ਵਾਲਾ ਹੋਇਆ ਸੀ। ਦੋਵਾਂ 'ਚ ਗੁਰਦੁਆਰਾ ਸਾਹਿਬ ਦੇ ਜਿਹੜੇ ਮੈਨੇਜਰ ਸੀ ਉਹਨਾਂ ਨੇ ਗ੍ਰੰਥੀ ਸੀ, ਉਹਨਾਂ ਨੇ ਪਰਚੇ ਦਰਜ ਕਰਾਏ ਅਤੇ ਸ਼੍ਰੋਮਣੀ ਕਮੇਟੀ 267 ਸਰੂਪਾਂ ਦੇ ਲਈ ਪਰਚਾ ਨਹੀਂ ਦਰਜ ਕਰਾਉਣ ਦੀ। ਤੁਸੀਂ ਸੋਚ ਸਕਦੇ ਇਹ ਤਦ ਹੀ ਨਹੀਂ ਕਰਾਉਂਦੇ ਕਿਉਂਕਿ ਇਹਦੇ ਵਿੱਚ ਦੋਸ਼ੀ ਆ, ਇਹਨਾਂ ਦੀ ਸਦਰ ਛਾਇਆ ਹੇਠ ਹੋਇਆ, ਇਹਨਾਂ ਦੀ ਮਰਜ਼ੀ ਨਾਲ ਹੋਇਆ ਅਤੇ ਪੋਲੀਟੀਕਲ ਜਿਹੜੇ ਬੰਦੇ ਸੀ ਉਹਨਾਂ ਦੀ ਸਾਰੀ ਸਹਿਮਤੀ ਨਾਲ ਹੋਇਆ। ਪਰ ਸਰ ਹੁਣ ਉਹ ਤੁਹਾਨੂੰ ਕਹਿ ਰਿਹਾ ਜੀ ਕਿ ਤੁਸੀਂ ਜਾਣ ਬੂਝ ਕੇ ਅਗਨ ਭੇਟ ਵਾਲੀ ਗੱਲ ਦੇ ਨਾਲ ਜੋੜ ਕੇ ਵਾਹਵਾਹੀ ਹਾਸਲ ਕਰਨਾ ਚਾਹੁੰਦੇ ਹੋ? ਵੇਖੋ, ਅਸੀਂ ਡਾਕੂਮੈਂਟਰੀ ਸਾਰਾ ਚੈੱਕ ਕੀਤਾ ਵਾ ਅਤੇ ਅਸੀਂ ਇਹਨੂੰ ਨਤੀਜੇ ਤੱਕ ਪਹੁੰਚਾਵਾਂਗੇ। ਜਿਹੜੇ ਇਹ ਕਹਿੰਦੇ ਆ ਵੀ ਜਾਣ ਬੁੱਝ ਕੇ ਕਰਦੇ, ਤੁਹਾਨੂੰ ਜੇਲ੍ਹ ਦੇ ਵਿੱਚ ਅੰਦਰ ਜਾਂਦੇ ਦਿਖਣਗੇ। ਉਹ ਕਹਿੰਦੇ ਮਾਫ਼ੀ ਮੰਗੋ ਆ ਕੇ। ਇਹ ਜਿਹੜੀ ਸ਼੍ਰੋਮਣੀ ਕਮੇਟੀ ਆ, ਨਾ ਦੇ ਡਾਕਟਰ ਰੂਪ ਸਿੰਘ ਦੇ ਪਿਓ ਦੀ ਆ, ਨਾ ਇਹ ਬਾਦਲਾਂ ਦੇ ਪਿਓ ਦੀ ਆ, ਅਤੇ ਨਾ ਰਜਿੰਦਰ ਸਿੰਘ ਮਹਿਤੇ ਦੇ ਪਿਓ ਦੀ ਆ। ਸ਼੍ਰੋਮਣੀ ਕਮੇਟੀ ਸਿੱਖਾਂ ਦੀ ਆ ਅਤੇ ਕੋਈ ਵੀ ਸਿੱਖ ਜਿਹੜਾ ਇੱਥੇ, ਕੋਈ ਵੀ ਜਿਹੜੀ ਗਲਤ ਕੰਮ ਹੁੰਦੇ ਆ, ਬੇਨੇਮੀਆਂ ਹੁੰਦੀਆਂ ਵਾ, ਘਪਲੇ ਹੁੰਦੇ ਆ, ਉਹਨਾਂ ਦੇ ਬਾਰੇ ਕੋਈ ਵੀ ਸਿੱਖ ਜਿਹੜਾ ਵਾ ਆਵਾਜ਼ ਉਠਾ ਸਕਦਾ। ਵੀਰਕਾ ਸਾਹਿਬ, ਤੁਸੀਂ ਐਡਵੋਕੇਟ ਵੀ ਹੋ, ਅਸੀਂ ਨਾਲ ਤੁਹਾਨੂੰ ਸਵਾਲ ਕਰਾਂਗੇ ਕਿ ਮਹਾਰਾਜ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ, ਪਰਚਾ ਦਰਜ, ਇਹਦੇ ਵਿੱਚ ਪਰਚੇ ਨੂੰ ਕਿਉਂ ਲਾਂਬੇ ਰੱਖਿਆ ਗਿਆ, ਕਾਰਨ ਕੀ ਹੈ? ਅਤੇ ਅਸੀਂ ਉਹਦੇ ਬਾਰੇ ਥੋੜ੍ਹੀ ਘੋਖ ਨਾਲ ਤੁਹਾਡੇ ਨਾਲ ਗੱਲ ਕਰਨਾ ਚਾਹਵੇ, ਕਿਉਂਕਿ ਦੇਸ਼ ਵਿਦੇਸ਼ ਤੋਂ ਸਿੱਖ ਸੰਗਤ ਦੇਖ ਇਸ ਵਕਤ ਤੁਹਾਨੂੰ ਦੇਖ ਰਹੀ ਹੈ, ਔਰ ਸਭ ਤੋਂ ਵੱਡਾ ਸਵਾਲ ਅੱਜ ਪੂਰੀ ਦੁਨੀਆ 'ਚ ਇਹੋ ਹੀ ਹੈ ਕਿ ਆਖਿਰਕਾਰ 267 ਸਰੂਪ ਗਏ ਕਿੱਥੇ, ਉਹਦੀ ਜਾਂਚ ਕਿਉਂ ਨਹੀਂ ਕੀਤੀ ਗਈ, ਔਰ 4 ਸਾਲ ਬਾਅਦ ਹੀ ਕਿਉਂ ਮਾਮਲਾ ਅੱਜ ਸ਼੍ਰੋਮਣੀ ਕਮੇਟੀ ਬੋਲੀ? ਵੇਖੋ, ਅਸੀਂ ਤਾਂ ਸਿਰਫ ਇੱਕ ਸਰਕਾਰ ਨੂੰ ਇੱਕ ਜਿਹੜੀ ਰਿਪੋਰਟ ਭੇਜੀ ਹੈ ਵੀ ਇਹਦੀ ਜਾਂਚ ਹੋਣੀ ਚਾਹੀਦੀ ਹੈ, ਅਤੇ ਸ਼੍ਰੋਮਣੀ ਕਮੇਟੀ ਜਾਂਚ ਤੋਂ ਕਿਉਂ ਭੱਜਣ ਦੀ ਹੈ? ਇਹਨਾਂ ਨੂੰ ਤਾਂ ਜਾਂਚ ਸਗੋਂ ਸ਼੍ਰੋਮਣੀ ਕਮੇਟੀ ਨੂੰ ਕਰਾਉਣੀ ਚਾਹੀਦੀ ਹੈ, ਅਕਾਲ ਤਖਤ ਦੇ ਜਥੇਦਾਰ ਨੂੰ ਹੁਕਮ ਕਰਨਾ ਚਾਹੀਦਾ ਸੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਹੁਣ ਤੱਕ ਜਾਂਚ ਸਰਕਾਰ ਨੂੰ ਕਹਿਣਾ ਚਾਹੀਦਾ, ਫਿਰ ਇੱਕ ਸੈਸ਼ਨ ਜਿਹੜਾ ਜੱਜ ਆ ਪਹਿਲਾਂ ਜਦੋਂ ਬੇਅਦਬੀਆਂ ਹੋਈਆਂ ਅਤੇ ਇਹ ਸਟੇਟਮੈਂਟਾਂ ਦਿੰਦੇ ਸੀ ਵੀ ਇਹਦੀ ਜਾਂਚ ਹੋਣੀ ਚਾਹੀਦੀ ਹੈ, ਇੱਕ ਜੱਜ ਹਾਈਕੋਰਟ ਦਾ ਜਿਹੜਾ ਉਹ ਜਾਂਚ ਕਰੇ, ਅਤੇ ਹੁਣ ਇਹਨਾਂ ਨੂੰ ਕੀ ਹੋ ਗਿਆ? ਉਦੋਂ ਤਾਂ ਇੱਕ ਸਰੂਪ ਮਹਾਰਾਜ ਦੀ ਗੱਲ ਸੀ, ਅੱਜ 267 ਸਰੂਪਾਂ ਦੀ ਗੱਲ ਆ, ਅਤੇ ਸ਼੍ਰੋਮਣੀ ਕਮੇਟੀ ਜਿਹੜੀ ਆ ਨਾ ਜਾਂਚ ਕਰਾਉਣਾ ਚਾਹੁੰਦੀ ਆ ਅਤੇ ਨਾ ਇਹ FIR ਦਰਜ ਕਰਾਉਂਦੀ ਆ। ਕਾਰਨ ਕੀ ਆ ਕਿ ਅਕਸਰ ਸਿਰਫ ਬਿਆਨਬਾਜ਼ੀ ਤੱਕ ਸੀਮਿਤ ਆ? ਕਾਰਨ ਜਿੰਨਾ ਰਿਕਾਰਡ ਆ ਉਹ ਸਾਰਾ ਇਹ ਦੱਸਦਾ ਵਾ ਵੀ ਜਿਹੜੇ ਉੱਚ ਅਹੁਦਿਆਂ 'ਤੇ ਬੈਠੇ ਆ ਅਤੇ ਜਿਹੜੇ ਰਿਟਾਇਰ ਹੋ ਗਏ ਆ, ਇਹ ਸਾਰਿਆਂ ਦੀ ਇਹਦੇ ਵਿੱਚ ਸ਼ਮੂਲੀਅਤ ਆ, ਇਹਦੇ 'ਚ ਦੋਸ਼ੀ ਆ, ਅਤੇ ਜਿਹੜਾ ਇੱਕ ਕਲਰਕ 'ਤੇ ਸੁੱਟਣ ਦੇ ਆ, ਜੇ ਕੋਈ ਜਾਂਚ ਹੋ ਗਈ FIR ਦਰਜ ਹੋ ਗਈ ਤਾਂ ਉਹ ਸਾਰੇ ਡਾਕੂਮੈਂਟਰੀ ਐਵੀਡੈਂਸ ਜਿਹੜਾ ਹੈਗਾ ਗੋਇੰਦਵਾਲ ਸਾਹਿਬ ਦਾ, ਜਿਹੜੀਆਂ ਗੱਡੀਆਂ ਇੱਥੋਂ ਗਈਆਂ ਟਰਾਂਸਪੋਰਟ ਵਿਭਾਗ ਦਾ, ਜਿਹੜੇ ਡਰਾਈਵਰਾਂ ਨੇ ਸਟੇਟਮੈਂਟ ਦਿੱਤੀਆਂ ਵਾ ਫਲਾਇੰਗ ਵਾਲੇ ਨੂੰ, ਅਤੇ ਉਹ ਸਾਰੀਆਂ ਬਾਹਰ ਆ ਜਾਣਗੀਆਂ, ਅਤੇ ਡਾਕਟਰ ਰੂਪ ਸਿੰਘ ਹੋਣੀ ਅਤੇ ਜਿਹੜੇ ਇਹਦੇ ਨਾਲ ਦੇ ਜਿੰਨਾ
ਉਹਨਾਂ ਨੂੰ ਮੈਸੇਜ ਭੇਜ ਦਿੰਦੇ ਵੀ ਸਾਡਾ ਬੰਦਾ ਆ ਰਿਹਾ, ਇਹਨੂੰ ਮਹਾਰਾਜ ਦਾ ਸਰੂਪ ਦੇ ਦਿਓ, ਇਸ ਤਰ੍ਹਾਂ ਚੱਲ ਜਾਂਦੇ। ਉਹ ਨੋਟ ਕੱਚੇ ਕਾਗਜ਼ 'ਤੇ ਇੱਕ ਡਾਇਰੀ 'ਤੇ ਨੋਟ ਕਰ ਲੈਂਦੇ ਸੀ, ਉਹ ਰਿਕਾਰਡ ਇਹਨਾਂ ਨੇ ਪੂਰਾ ਨਹੀਂ ਕੀਤਾ, ਉਹਦੇ ਵਿੱਚ ਗਲਤੀਆਂ ਕੁਝ। ਮਹਾਰਾਜ ਦੇ ਸਰੂਪ ਇਹਨਾਂ ਦੱਸਿਆ ਮੈਨੂੰ, ਸਕੱਤਰ ਸਾਹਿਬ ਨੇ ਦੱਸਿਆ ਵੀ ਜਿਵੇਂ ਜੰਮੂ 10 ਸਰੂਪ ਭੇਜੇ, ਮੱਧ ਪ੍ਰਦੇਸ਼ 10 ਭੇਜੇ, ਮਤਲਬ ਵੱਧ ਭੇਜ ਦਿੰਦੇ ਸੀ, ਜਿਵੇਂ 25 ਜਾਣੇ ਆ 10 ਵੱਧ ਭੇਜਦੇ ਅਤੇ ਉੱਥੇ ਹੋਰ ਕੋਈ ਲੋੜ ਨਾ ਪੈ ਜੇ, ਅਤੇ ਉਹ ਸਰੂਪ ਜਿਹੜੇ ਵਾਪਸ ਨਹੀਂ ਆਏ। ਗਲਤ ਆ ਜੀ, ਪਰ ਇਹ ਤਾਂ ਅਸੀਂ ਅਗਰ ਬੇਦਬੀਆਂ ਦੀ ਗੱਲ ਕਰਦੇ ਹਾਂ, ਪਰ ਇਸ ਤਰ੍ਹਾਂ ਦੀ ਅਗਰ ਇਹ ਵੀ ਤਾਂ ਬੇਦਬੀ ਦਾ ਹਿੱਸਾ ਹੀ ਹੈ ਨਾ। ਬਿਲਕੁਲ, ਤੁਸੀਂ ਜੇ ਪਹਿਲੀ ਗੱਲ ਤਾਂ ਇਹ ਆ ਵੀ ਜਿਹੜੀ ਆਪਣਾ ਅਗਨ ਭੇਟ ਹੋਏ ਸਰੂਪ 'ਤੇ ਜਿਹੜੇ ਪਾਣੀ ਨਾਲ ਹੋਏ ਆ ਉਹਨਾਂ ਦਾ ਤੁਸੀਂ ਸੰਸਕਾਰ ਕੀਤਾ, ਬਾਅਦ 'ਚ ਤੁਸੀਂ ਉਹਦਾ ਅਖੰਡ ਪਾਠ ਸਾਹਿਬ ਆ ਕੇ ਪਛਤਾਪ ਕਰਨਾ ਸੀ, ਭੁੱਲ ਬਖਸ਼ਾਉਣੀ ਸੀ ਅਤੇ ਅਰਦਾਸ ਕਰਨੀ ਸੀ। ਉਹ ਸਾਰੀਆਂ ਚੀਜ਼ਾਂ ਨਹੀਂ ਹੋਈਆਂ ਜੋ ਮਰਿਆਦਾ ਸ਼੍ਰੋਮਣੀ ਕਮੇਟੀ ਦੀ ਕਹਿੰਦੀ, ਇਹਨਾਂ ਦੀ ਆਪਣੀ ਬਣਾਈ ਮਰਿਆਦਾ। ਦੂਸਰੀ ਗੱਲ ਹੈ ਵੀ ਮਹਾਰਾਜ ਦੇ ਸਰੂਪ 267 ਪਤਾ ਨਹੀਂ ਕਿੱਥੇ ਆ ਦੁਨੀਆਂ 'ਚ, ਜੇ ਉਹਦੀ ਕੱਲ੍ਹ ਨੂੰ ਕੋਈ ਬੇਅਦਬੀ ਕਰ ਦੂ ਉਹਦੇ ਲਈ ਇੱਕ ਕਲਰਕ ਜਿੱਤੋਂ ਤੁਸੀਂ 1500 ਰੁਪਈਆ ਪਰ ਸਰੂਪ ਜਿਹੜਾ ਵਾ ਪੈਸੇ ਕੱਟ ਲਏ ਆ, ਵੀ ਉਹਨੂੰ ਜ਼ਿੰਮੇਵਾਰ ਠਹਿਰਾਓਗੇ ਕਿ ਉਦੋਂ ਸ਼੍ਰੋਮਣੀ ਕਮੇਟੀ ਜ਼ਿੰਮੇਵਾਰ ਹੋਊਗੀ। ਇਹ ਸਿਰਫ ਜਿਹੜਾ ਆਪਣੀ ਜਾਨ ਬਚਾਉਣ ਲਈ ਜਿਹੜਾ ਇੱਕ ਕਲਰਕ ਦੇ ਜਿਹੜਾ ਸਾਰਾ ਕੇਸ ਪਾ ਗਏ, ਅਸੀਂ ਇਹ ਨਹੀਂ ਕਹਿੰਦੇ ਵੀ ਉਹ ਬਿਲਕੁਲ ਬੇਗਨਾਹ ਵਾ, ਉਹਦਾ ਫਾਲਟ ਹੈਗਾ ਵਿੱਚ ਹੋਊਗਾ, ਅਣਗਹਿਲੀ ਹੋਊਗੀ, ਪਰ ਮੇਨ ਦੋਸ਼ੀ ਜਿਹੜੇ ਆ ਉਹ ਉੱਚ ਅਧਿਕਾਰੀ ਅਤੇ ਜਿਹੜੇ ਲੀਡਰ ਆ ਜਿਨ੍ਹਾਂ ਨੇ ਉਦੋਂ ਇਹ ਸਾਰਾ ਕੁਝ ਕੀਤਾ। ਆਖਰੀ ਸਵਾਲ ਲਾਂਗਾ, ਕਿਉਂਕਿ ਫੌਜੀ ਹਮਲਾ ਜਦੋਂ ਹੋਇਆ ਸੀ ਉਦੋਂ ਵੀ ਗੱਲ ਆਖੀ ਜਾ ਰਹੀ ਸੀ ਕਿ ਸਿੱਖ ਕੌਮ ਦਾ ਜਿਹੜਾ ਵਡਮੁੱਲਾ ਇਤਿਹਾਸ ਸੀ ਫੌਜ ਲੈ ਗਈ, ਲੇਕਿਨ ਬਾਅਦ 'ਚੋਂ ਵੀ ਖੁਲਾਸਾ ਆਇਆ ਕਿ ਅੰਦਰ ਹੀ ਹੈ। ਵੇਖੋ, ਸ਼੍ਰੋਮਣੀ ਕਮੇਟੀ ਨੂੰ ਅੱਜ ਤੱਕਰ ਇਹਨਾਂ ਨੇ ਕਿਸੇ ਨੂੰ ਜਵਾਬ ਦੇਣੀ ਹੈਗੇ। ਜੇ 84 ਦਾ ਰਿਕਾਰਡ ਲਾ ਲਈਏ, ਉਹ ਤੋਂ ਬਾਅਦ 'ਚ ਜਿਹੜਾ ਇਹਨਾਂ ਨੇ ਰਿਕਾਰਡ ਸਟ੍ਰਾਈਕ ਕੀਤਾ ਵਾ ਬਗੈਰ ਪੁੱਛਣ ਤੋਂ, ਅੱਜ ਤੱਕਰ ਇਹ ਡਾਕੂਮੈਂਟ ਜਨਤਕ ਨਹੀਂ ਕਰ ਸਕੇ ਵੀ ਇਹਨਾਂ ਨੂੰ ਕਿੰਨਾ ਰਿਕਾਰਡ ਮਿਲਿਆ ਵਾ ਅਤੇ ਕਿੰਨਾ ਇਹਨਾਂ ਤੋਂ ਲੈ ਕੇ ਗਏ ਆ। ਇਹ ਸਾਰੀਆਂ ਚੀਜ਼ਾਂ ਇਹ ਉਸ ਕਰਕੇ ਕਰਦੇ ਕਿਉਂਕਿ ਇਹਨਾਂ ਦੇ ਪਿੱਛੇ ਜਿਹੜੀਆਂ ਤਾਕਤਾਂ ਉਹ ਚਾਹੁੰਦੀਆਂ ਨੇਗੀਆਂ ਕਿ ਜਿਹੜੀ ਸ਼੍ਰੋਮਣੀ ਕਮੇਟੀ ਜਿਹੜੀ ਹੈ ਸਿੱਖਾਂ ਦੀ ਇੱਕ ਚੰਗੀ ਸੰਸਥਾ ਬਣੇ, ਉਹ ਚਾਹੁੰਦੇ ਵੀ ਸਿੱਖਾਂ ਦੀ ਇੱਕ ਇਹੋ ਜਿਹੀ ਠੱਗਾਂ ਵਾਲੀ ਸੰਸਥਾ ਹੋਣੀ ਚਾਹੀਦੀ ਆ ਜਿਹਦੇ 'ਤੇ ਠੱਗ ਬੈਠੇ ਹੋਣ ਅਤੇ ਸਿੱਖਾਂ ਦਾ ਕਿਰਦਾਰ ਦੁਨੀਆਂ ਦੇ ਵਿੱਚ ਜਿਹੜਾ ਨੀਵਾਂ ਦਿਖੇ। ਹੁਣ ਤੁਸੀਂ ਇਹਦੇ ਵਿੱਚ ਸਰਕਾਰ ਕੋਲ ਕੀ ਮੰਗ? ਅਸੀਂ ਸਰਕਾਰ ਨੂੰ ਕਿਹਾ ਵੀ ਇੱਕ ਜਿਹੜੀ ਉੱਚ ਅਧਿਕਾਰੀ ਹੈ ਜਿਹੜੇ ਉਹਨਾਂ ਤੋਂ ਇਹਦੀ ਇਨਕੁਆਇਰੀ ਹੋਣੀ ਚਾਹੀਦੀ ਹੈ ਅਤੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਸੋ ਅਸੀਂ ਸਰਦਾਰ ਸਰਬਜੀਤ ਸਿੰਘ ਵੇਰਕਾ ਜਿਹਨਾਂ ਨਾਲ ਅੱਜ ਅਸੀਂ ਤਫਤੀਸ਼ 'ਚ ਗੱਲ ਕੀਤੀ ਹੈ, ਕਿਉਂਕਿ ਸ਼੍ਰੋਮਣੀ ਕਮੇਟੀ ਵੱਲੋਂ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਅਤੇ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਆਖਿਆ ਹੈ ਕਿ 267 ਸਰੂਪ ਅਗਰ ਗਏ ਹੈ ਤਾਂ ਕਿੱਥੇ ਗਏ ਆ ਉਹਦਾ ਕੋਈ ਡਿਟੇਲ ਨਹੀਂ ਹੈ। ਉੱਦਾਂ ਸ਼੍ਰੋਮਣੀ ਕਮੇਟੀ ਛੋਟੀ ਛੋਟੀ ਗੱਲ ਦੇ ਉੱਤੇ ਕਹਿੰਦੀ ਹੈ ਕਿ ਸਾਨੂੰ ਵਿਸ਼ਵਾਸ ਚਾਹੀਦਾ, ਇਨਸਾਫ ਮੰਗਣ ਵਾਲੀ। ਅੱਜ ਸ਼੍ਰੋਮਣੀ ਕਮੇਟੀ ਪਹਿਲਾਂ ਜਵਾਬ ਦੇਵੇ ਕਿ 267 ਸਰੂਪ ਕਿੱਥੇ ਗਏ ਨੇ, ਔਰ ਇਹਨੂੰ ਲੈ ਕੇ ਇੱਕ ਵੱਡਾ ਸਵਾਲ ਵੀ ਉਹਨਾਂ ਚੁੱਕਿਆ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਕੱਲੇ ਬਾਦਲਾਂ ਜਾਂ ਇੱਕ ਪਰਿਵਾਰ ਦੀ ਨਹੀਂ ਹੈ, ਉਹ ਸਿੱਖਾਂ ਦੀ ਸੰਸਥਾ ਹੈ ਔਰ ਹਰ ਸਿੱਖ ਨੂੰ ਅਧਿਕਾਰ ਹੈ ਕਿ ਉਹਨਾਂ ਕੋਲੋਂ ਜਵਾਬ ਮੰਗ ਸਕੇ। ਕੈਮਰਾਮੈਨ ਅਕਸ਼ੇ ਦੇ ਨਾਲ ਸੁਮਿਤ ਖੰਨਾ, ਜਗਬਾਣੀ ਟੀਵੀ, ਅੰਮ੍ਰਿਤਸਰ।